गुल जी का खालसा वाहगुरु जी की फतेह। वाहगुरु जी का खालसा वाहगुरु जी की फतेह। तुसी जानी लबे लबे लुहाड़ी दर्शन करके जाया करो, दर्शन करके जाया करो। ਅਸੀਂ ਸਾਰੇ ਬਰਾਲ ਵੱਲੋਂ ਆਪ ਜੀ ਦਾ ਤਵਾਵ ਕਰਦੇ ਆ। ਸ਼ੁਕਰਾਨਾ ਜੀ ਕਾ, ਸਹਾਨਾ ਜੀ, ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਰੱਖੇ। ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਆਪਣਾ ਪੰਚ ਸੇਵਾ ਦੇ ਸਾਟੀ ਚਾਨੀ ਦੇ ਪਟਾਲਾ ਬੋਲੇ ਸਨ ਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 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 ਸਹਿਬਾਜ ਬੇਟਾ, ਸੰਗਤ ਨੂੰ ਇਹ ਵੀ ਪੁੱਛਿਆ ਕਰੋ, ਸਾਰੇ ਵੀਰਾਂ ਨੂੰ, ਚਾਚੂ ਉਹਨਾਂ ਨੂੰ, ਤਾਊ ਉਹਨਾਂ ਨੂੰ ਵੀ, ਤੁਸੀਂ ਠੀਕ ਹੋ ਜੀ? ਕਿ ਜਦੋਂ ਤੁਸੀਂ ਠੀਕ ਹੋਗੇ ਜੀ ਫਿਰ ਤੁਸੀਂ ਆਪਣੇ ਘਰੇ ਵਗ ਜਾਓ, ਠੀਕ ਆ ਜੀ? ਨਾਲੇ ਤੁਹਾਨੂੰ ਘਰੇ ਭੇਜ ਦਾਂਗੇ ਠੀਕ ਕਰਕੇ, ਠੀਕ ਆ? ਫਤਿਹ ਜ਼ੋਰ ਦੀ ਬੁਲਾਇਆ ਕਰਦੇ ਨੇ ਪੁੱਤ, ਨਾਲੇ ਅਗਲੀ ਵਾਰੀ ਤੋਂ ਸਿਰ ਢੱਕ ਕੇ, ਠੀਕ ਆ? ਫਤਿਹ ਜ਼ੋਰ ਦੀ ਬੁਲਾਉਣੀ ਆ। ਚਲੋ ਦੇਖ ਕੇ ਆਓ ਅੱਗੇ ਵੀ, ਥਾਲ ਵਰਤਾ ਕੇ ਆਓ, ਉੱਧਰ ਜਾਓ, ਉੱਧਰ ਰਹਿ ਗਏ ਚਾਚੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬੇਟਾ ਜੀ, ਚਾਚੂ ਦਾ ਨਾਮ ਵਾਹਿਗੁਰੂ ਸਿੰਘ ਆ। ਇਹ ਚਾਚੂ ਦਾ ਨਾਮ ਪੁੱਛੋ ਕਿ ਚਾਚੂ ਠੀਕ ਹੋ ਤੁਸੀਂ? ਪੁੱਛੋ ਬੇਟਾ ਜੀ, ਤੁਸੀਂ ਠੀਕ ਹੋ? ਵਾਹਿਗੁਰੂ ਦੱਸੋ ਬੇਟਾ ਠੀਕ ਹੋ? ਹਾਂ ਦੱਸ, ਪੁੱਛੋ ਨੇੜੇ ਹੋ ਕੇ ਪੁੱਛੋ ਬੇਟਾ ਜੀ, ਪੁੱਛੋ ਕਿ ਚਾਚੂ ਠੀਕ ਹੋ? ਤੁਸੀਂ ਠੀਕ ਹੋ? ਹਾਂ ਇੱਦਾਂ ਪੁੱਛੋ, ਠੀਕ ਹੈ ਬੇਟਾ? ਚਲੋ ਹੁਣ ਤੁਸੀਂ ਹੋਰ ਹੋਰ ਅੱਗੇ ਵਰਤਾ ਕੇ ਆਓ, ਜਾਓ। ਓਕੇ, ਕੋਈ ਕੋਈ ਲੈ ਕੇ ਤੁਸੀਂ ਪ੍ਰਸ਼ਾਦਾ ਵਰਤਾ ਦਿਓ, ਠੀਕ ਹੈ? ਓਕੇ। ਸਤਨਾਮ ਵਾਹਿਗੁਰੂ, 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 ਸਤਨਾਮ
ਵਾਹਿਗੁਰੂ 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 ਖਾਸਾ ਹੋ ਲਿਆ ਮੈਂ ਬੁਲਟ ਚੜ੍ਹਦੀ ਆ ਨਾ ਮੈਂ ਹੋਰ ਪਸੰਦ ਤੂੰ ਬਸ ਬਸ ਚੱਕੀ ਜਾਊ ਐਨੀ ਪਾਲੀ ਹੋਈ ਤੂੰ ਨਾ ਲਾਲ ਫੜੀ ਚੱਲ ਨਹੀਂ ਮੈਂ ਆਪਣਾ ਵਾਹਿਗੁਰੂ ਵਾਹਿਗੁਰੂ ਡੋਡੋ ਕਰਿਆ ਤੇ ਪਾਪਾ ਨੇ ਇੱਕ ਫੇਰ ਦੇ ਦੇ ਵਾਹਿਗੁਰੂ ਲਿਆ ਜੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਨਿੱਕ ਬੱਚ ਗਈ ਇੱਕ ਖਾਲੀ ಆಗೇ ಚಲೋ ಬಾಯಿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਬਾਹਰ ਆ ਗਿਆ ਜੀ ਅੰਦਰ ਭੂਆ ਜੀ ਹੁਣੀ ਬੈਠੇ ਨੇ ਜੀ ਆਜੋ ਹਾਂਜੀ ਕੀ ਕਹਿੰਦੇ ਦੱਸੋ ਮੇਰੇ ਬੰਦਤਾ ਸਾਲਿਆਂ ਨੂੰ ਹਾਂਜੀ ਸਾਲਿਆਂ ਨੂੰ ਬੰਦਤਾ ਵਰਤਾਤਾ ਹੁੰਦਾ ਬੇਟਾ ਕਹਿੰਜੀ ਸਾਰਿਆਂ ਨੂੰ ਵਰਤਾ ਤੁਸੀਂ ਸਾਰਿਆਂ ਨੂੰ ਚਾਚੂ ਨੇ ਪੁੱਛਿਆ ਸੀ ਵੀ ਠੀਕ ਹੋ ਸਾਰੀ ਸੰਗਤ ਨੂੰ ਧੰਨਵਾਦ ਕਰ ਦਿਓ ਕਹਿੰਜੀ ਤੁਸੀਂ ਲਚਕਾਣੀ ਪਿੰਡ ਹੈ ਨਾ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਬੋਲੋ ਜੀ ਤੇ ਤੁਸੀਂ ਜਾਣੀ ਲੱਭੇ ਰੂਹਾਂ ਦੀ ਦਰਸ਼ਨ ਕਰਕੇ ਜਾਇਆ ਕਰੋ ਜੀ ਦਰਸ਼ਨ ਕਰਕੇ ਜਾਇਆ ਕਰੋ ਕਹਿੰਜੀ ਅਸੀਂ ਸਾਰੇ ਪਰਿਵਾਰ ਵੱਲੋਂ ਅਸੀਂ ਸਾਰੇ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ।
ਆਪ ਜੀ ਦਾ ਤਵਾਵ ਕਰਦੇ ਆ। ਸ਼ੁਕਰਾਨਾ ਜੀ ਕਾ ਸਖਾਨਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਆਪ ਜੀ ਨੇ ਹੁਣੇ ਵੀਡੀਓ ਦੇਖੀ ਹੈ ਜੀ। ਮੈਂ ਅੰਦਰ ਸੀਗਾ ਜੀ, ਰਿਸ਼ਤੇਦਾਰ ਆਏ ਵੇ ਨੇ, ਸਹਿਬਾਜ ਕੌਰ ਨੇ ਹੁਣ ਪ੍ਰਸ਼ਾਦਾ ਵਰਤਾਇਆ। ਧੰਨਵਾਦ ਆਪ ਜੀ ਦਾ, ਕੋਈ ਗਲਤੀ ਹੋ ਗਈ ਹੋਵੇ ਸਾਨੂੰ ਮਾਫ ਕਰਿਓ। ਔਰ ਮਕਸਦ ਸਾਡਾ ਸਿਰਫ ਇਹੀ ਆ ਵੀ ਜਦੋਂ ਆਪਾਂ ਖੇਤ ਦੇ ਵਿੱਚ ਬੀਜ ਬੀਜਦੇ ਹਾਂ, ਜੇਕਰ ਆਪਾਂ ਖੇਤ ਦੇ ਵਿੱਚ ਕਣਕ ਦਾ ਬੀਜ ਪਾਉਂਦੇ ਹਾਂ ਤਾਂ ਉਹਦੇ ਵਿੱਚੋਂ ਕਣਕ ਦੀ ਹੀ ਬੱਲੀ, ਕਣਕ ਹੀ ਨਿਕਲਣੀ ਆ। ਜੇਕਰ ਆਪਾਂ ਜੌਂ ਬੀਜਦੇ ਹਾਂ ਤਾਂ ਜੌਂ ਆਉਣੇ ਨੇ, ਮੱਕੀ ਬੀਜਾਂਗੇ ਤਾਂ ਮੱਕੀ ਆਉਣੀ। ਇੱਦਾਂ ਹੀ ਇਹ ਬੱਚਾ ਜਿਹੜਾ ਇਹ ਜਿੱਦਾਂ ਦਾ ਦੇਖੂਗਾ, ਜਿੱਦਾਂ ਦਾ ਸੇਵਾ ਦੇਖੂਗਾ ਤਾਂ ਉੱਦਾਂ ਦਾ ਹੀ ਇਹਦੀ ਸੋਚ ਦੇ ਵਿੱਚ ਸੁਧਾਰ ਆਉਣਾ ਜੀ ਬੱਚੇ ਦੇ, ਜਦੋਂ ਇਹਨੂੰ ਜਨਮ ਤੋਂ ਹੀ ਛੋਟੇ ਹੁੰਦੇ ਤੋਂ ਹੀ ਸੇਵਾ, ਕਿਉਂਕਿ ਜਿੱਦਾਂ ਦਾ ਇਨਸਾਨ ਬੱਚੇ ਨੇ ਦੇਖਣਾ ਉਹਨੇ ਉੱਦਾਂ ਦਾ ਹੀ ਬਣਨਾ ਜੀ। ਇਸ ਕਰਕੇ ਸਾਡੀ ਸੋਚ ਇਹੀ ਆ ਵੀ ਇਹ ਬੱਚੇ ਡਾਕਟਰ ਬਣਨ, ਬੱਚੇ ਡਾਕਟਰ ਬਣ ਕੇ ਇੱਦਾਂ ਦੇ ਰੱਬ ਰੂਪੀ ਰੂਹਾਂ ਦਾ ਭਲਾ ਕਰਨ, ਕਿਉਂਕਿ ਅਸੀਂ ਡਾਕਟਰੀ ਲਾਈਨ ਦੇ ਵਿੱਚ ਬਹੁਤ ਕੁਛ ਦੇਖਦੇ ਹਾਂ। ਅਸੀਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ, ਪਰ ਦੇਖਦੇ ਬਹੁਤ ਕੁਛ ਹਾਂ ਜੀ। ਇਸ ਕਰਕੇ ਸੋਚ ਆ ਬੱਚੇ ਡਾਕਟਰ ਬਣ ਕੇ ਇਸ ਸੇਵਾ ਨੂੰ ਅੱਗੇ ਤੋਰ ਪਾਉਣ। ਔਰ ਆਪ ਜੀ ਦਾ ਧੰਨਵਾਦ, ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜ ਕੇ ਜਾਇਆ ਕਰੋ, ਕਿਉਂਕਿ ਸਾਨੂੰ ਤੁਹਾਡੇ ਹੌਸਲੇ ਦੀ ਲੋੜ ਆ। ਆਪ ਜੀ ਸਾਡੇ ਨਾਲ ਜ਼ਰੂਰ ਸਮਾਂ ਬਿਤਾ ਕੇ ਜਾਇਆ ਕਰੋ ਇਹਨਾਂ ਰੱਬੀ ਰੂਹਾਂ ਦੇ ਨਾਲ। 800 ਦੇ ਕਰੀਬ ਐਸੇ ਵੀਰ ਹੋ ਚੁੱਕੇ ਨੇ ਜਿਨ੍ਹਾਂ ਦੀ ਮੈਡੀਸਨ ਚੱਲਦੀ ਆ, 700 ਦੇ ਕਰੀਬ ਐਸੇ ਮਰੀਜ਼ ਨੇ ਜਿਹੜੇ ਹਰ ਮਹੀਨੇ ਆਉਂਦੇ ਨੇ ਜੀ ਮੈਡੀਸਨ ਲੈਣ, ਔਰ 100 ਦੇ ਕਰੀਬ ਇਹ ਰੱਬ ਰੂਪੀ ਰੂਹਾਂ ਆਪਣੇ ਕੋਲ ਰਹਿੰਦੀਆਂ ਨੇ। ਹੁਣ ਆਪਣੀ ਬਿਲਡਿੰਗ ਅੱਗੇ ਬਣਨੀ ਆ ਆਪ ਜੀ 2024 ਦੇ ਐਂਡ ਤੱਕ, ਤਾਂ 200 ਜਾਂ 250 ਦੇ ਕਰੀਬ ਇਹ ਪਰਿਵਾਰਕ ਮੈਂਬਰ ਦੇਖੋਗੇ। ਜਨੂਨ ਆ ਜੀ ਸਾਨੂੰ, ਡਰੀਮ ਸਾਡਾ ਇਹ ਪਿਓਰ ਆ ਬਿਲਕੁਲ, ਜਿਹੜਾ ਪੂਰਾ ਹੋਣਾ, ਦੁਨਿਆਵੀ ਸੁਪਨਾ ਨਹੀਂ ਹੈਗਾ ਸਾਡਾ। ਜੋ ਗੁਰੂ ਸਾਹਿਬ ਦਾ ਉਪਦੇਸ਼ ਆ ਉਹ ਸੁਪਨਾ, ਇਹਨੇ ਪੂਰਾ ਹੋਣਾ, ਬਹੁਤ ਵੱਡਾ ਘਰ ਬਣਨਾ। ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਅਸੀਂ ਇੱਥੇ। ਇੱਕ ਇੱਕ ਚੀਜ਼, ਜੇਕਰ ਆਪਾਂ ਪਾਣੀ ਦਾ ਇੱਕ ਤੁਪਕੇ ਦੀ ਗੱਲ ਕਰੀਏ, ਉਹ ਵੀ ਸੰਗਤ ਨੇ ਧਰਤੀ 'ਚੋਂ ਕੱਢ ਕੇ ਦਿੱਤਾ, ਕਿਉਂਕਿ ਬੋਰ ਸੰਗਤ ਨੇ ਕਰਾ ਕੇ ਦਿੱਤਾ। ਸੰਗਤ ਦੇ ਰੂਪ ਦੇ ਵਿੱਚ ਮੋਟਰ ਆਈ ਆ, ਇੱਕ ਇੱਕ ਪਾਣੀ ਦਾ ਤੁਪਕਾ ਵੀ ਸੰਗਤ ਦਾ ਜੀ। ਸੰਗਤ ਜੀ ਇੱਥੇ ਆਪ ਜੀ ਦਾ ਧੰਨਵਾਦ, ਸ਼ੁਕਰਾਨਾ, ਦਿਲੋਂ ਧੰਨਵਾਦ। ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।